ਖਬਰ ਪਟਿਆਲਾ ਤੋਂ ਜਿੱਥੇ ਐਸਆਈਟੀ ਸਾਹਮਣੇ ਪੇਸ਼ ਹੋਣ ਦੇ ਲਈ ਪਹੁੰਚ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ। ਨਵੀਂ ਐਸਆਈਟੀ ਸਾਹਮਣੇ ਪਹਿਲੀ ਵਾਰ ਇਹ ਪੇਸ਼ੀ ਹੋਏਗੀ। ਡੀਆਈਜੀ ਐਚਐਸ ਕੋਲਰ ਦੀ ਅਗਵਾਈ ਦੇ ਹੇਠ ਜਿਹੜੀ ਐਸਆਈਟੀ ਗਠਿਤ ਕੀਤੀ ਗਈ ਸੀ ਉਸਦੇ ਸਾਹਮਣੇ ਪੁੱਛਗਿੱਛ ਹੋਏਗੀ, ਸਵਾਲ ਜਵਾਬ ਹੋਣਗੇ। ਡਰੱਗ ਮਾਮਲੇ ਦੇ ਵਿੱਚ ਤਿੰਨ ਵਾਰ ਮਜੀਠੀਆ ਤੋਂ ਆਲਰੇਡੀ ਪਹਿਲਾਂ ਹੀ ਪੁੱਛਗਿੱਛ ਹੋ ਚੁੱਕੀ ਹੈ। ਅਕਾਲੀ ਆਗੂ ਵਿਕਰਮ ਮਜੀਠੀਆ ਨੂੰ ਐਸਆਈਟੀ ਦਾ ਇਹ ਚੌਥਾ ਸੰਮਣ, ਤਾਂ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹਾਂ। ਮੀਡੀਆ ਦੇ ਮੁਖਾਤਬ ਹੁੰਦਿਆਂ ਵਿਕਰਮ ਮਜੀਠੀਆ ਨੇ ਸਪਸ਼ਟ ਕਿਹਾ ਕਿ ਜੇ ਤਾਂ ਰੱਖ ਲਿਆ ਤਾਂ ਗੱਲ ਹੋਰ ਹੈ, ਨਹੀਂ ਤਾਂ ਫਿਰ ਆ ਕੇ ਸੰਬੋਧਨ ਜ਼ਰੂਰ ਕਰਨਗੇ, ਤਾਂ ਉੱਥੇ ਹੀ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਇਸ ਪੂਰੇ ਮਾਮਲੇ। ਤਾਂ ਇਸ ਦੇ ਨਾਲ ਹੀ ਗਰਾਊਂਡ ਜ਼ੀਰੋ ਦਾ ਰੁੱਖ ਕਰਦੇ ਹਾਂ, ਤਾਜ਼ਾ ਅਪਡੇਟ ਲੈ ਲੈਂਦਾ। ਮੇਰੇ ਨਾਲ ਮੇਰੇ ਸਹਿਯੋਗੀ ਮਨੋਜ ਜੋਸ਼ੀ ਲਾਈਵ ਜੁੜੇ ਨੇ ਪਟਿਆਲਾ ਤੋਂ। ਮਨੋਜ, ਕੀ ਕੁਝ ਤਾਜ਼ਾ ਅਪਡੇਟ ਹੈ ਵਿਕਰਮ ਮਜੀਠੀ ਦੀ ਪੇਸ਼ੀ ਨੂੰ ਲੈ ਕੇ? ਬਿਲਕੁਲ ਗੁਰਪ੍ਰੀਤ, ਜਿਹੜੇ ਵਿਕਰਮ ਸਿੰਘ ਮਜੀਠੀਆ ਹੈਗੇ ਨੇ ਉਹ ਹੁਣ ਅੰਦਰ ਚਲੇ ਗਏ ਨੇ ਪੁਲਿਸ ਲਾਈਨ ਦੇ ਵਿੱਚ, ਉਹਨਾਂ ਦੀ ਪੁੱਛਗਿੱਛ ਹੋਣੀ ਹੈ। ਉੱਥੇ ਜਿਹੜੀ 6 ਮੈਂਬਰੀ ਜਿਹੜੀ ਇਨਵੈਸਟੀਗੇਸ਼ਨ ਟੀਮ ਹੈਗੀ ਹੈ, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ, ਐਚ ਐਸ ਪੁਲ ਉਹਨਾਂ ਦੀ ਅਗਵਾਈ 'ਚ ਬਣਾਈ ਗਈ ਹੈ, ਉਹ ਪੁੱਛਗਿੱਛ ਕਰੇਗੀ। ਸਾਰੀ ਟੀਮ ਜਿਹੜੀ ਹੈਗੀ ਉਹ ਨਵੀਂ ਹੈ, ਉਹਨਾਂ ਦੇ ਵਿੱਚ ਇੱਕ ਜਿਹੜੇ ਜਸਵੀਰ ਸਿੰਘ ਨੇ ਟਿਵਾਣਾ, ਉਹ ਪੁਰਾਣੇ ਇੱਕ ਆਫਿਸਰ ਨੇ DSP, ਬਾਕੀ ਸਾਰੇ ਜਿਹੜੇ ਆਫਿਸਰ ਹੈਗੇ ਨੇ ਉਹ ਨਵੇਂ ਪਾਏ ਗਏ ਹੈਗੇ ਨੇ, ਅਤੇ ਪੁੱਛਗਿੱਛ ਹੋਣੀ ਹੈ। ਕਿਉਂਕਿ ਇਹ ਮਜੀਠੀਆ ਬਾਰ ਬਾਰ ਕਹਿੰਦੇ ਨੇ ਕਿ ਜੋ ਪੁਰਾਣਾ ਕੇਸ ਹੈ 2021 ਦਾ ਕੇਸ ਹੈ, ਜਿਵੇਂ ਕੋਰਟ ਨੇ ਵੀ ਮੈਨੂੰ ਜਿਹੜੀ ਹੈਗੀ ਹੈ ਬੇਲ ਦੇ ਦਿੱਤੀ ਹੈ, ਅਤੇ ਕੋਰਟ ਵੀ ਸਰਕਾਰ ਤੋਂ ਪੁੱਛਦੀ ਰਹੀ ਹੈ ਵੀ ਅਗਰ NDPS ਦਾ ਕੇਸ ਹੈਗਾ ਤਾਂ ਬਰਾਮਦੀ ਦਿਖਾਓ ਕਿੱਥੇ ਹੈਗੀ ਹੈ, ਉਹ ਹੁਣ ਵੀ ਗੱਲ ਕਹੀ ਹੈ। ਉਹ ਕਹਿੰਦੇ ਨੇ ਵੀ ਕੇਸ ਕੋਈ ਨਹੀਂ ਹੈ, ਬਸ ਮੈਨੂੰ ਪਰੇਸ਼ਾਨ ਕਰਨਾ ਹੈਗਾ, ਇਸ ਵਾਸਤੇ ਮੈਨੂੰ ਬਾਰ ਬਾਰ ਬੁਲਾਇਆ ਜਾਂਦਾ, 4 ਵਾਰ ਮੈਨੂੰ ਬੁਲਾਇਆ ਗਿਆ, ਮੈਂ ਹਰ ਵਾਰੀ ਆਇਆ। ਜਿਹੜੀਆਂ ਪੁਰਾਣੀ ਸੀਟਾਂ ਸੀਗੀਆਂ ਕਾਂਗਰਸ ਦੇ ਟਾਈਮ ਦੀ, ਉਹਨਾਂ 'ਚ ਬੁਲਾਇਆ, ਹੁਣ ਤੋਂ 7th ਸੀਟ ਬਣੀ ਹੈਗੀ ਹੈ, ਮੈਂ ਹਰ ਸੀਟ ਦੇ ਵਿੱਚ ਗਿਆ, ਪਰ ਸੀਟਾਂ ਦੇ ਜਿਹੜੇ ਸੀਟੇ ਨੇ ਉਹ ਜਿਹੜੇ ਨੇ ਬਿਲਕੁਲ ਜਿਹੜੀ ਨੇ ਕੋਈ ਨਹੀਂ ਨਿਕਲਦੇ, ਖਾਲੀ ਜਾਂਦੀਆਂ, ਕੋਈ ਵੀ ਉਹਨਾਂ ਦਾ ਫਾਇਦਾ ਨਹੀਂ ਹੁੰਦਾ ਹੈਗਾ। ਹਰ ਵਾਰੀ ਨਵੀਂ ਸੀਟ ਜਿਹੜੀ ਬਣਾਈ ਜਾਂਦੀ ਮੈਨੂੰ ਪਰੇਸ਼ਾਨ ਕਰਨ ਵਾਸਤੇ, ਚਾਹੇ ਉਹ ਕਾਂਗਰਸ ਸਰਕਾਰ ਦੋਨੋਂ ਬਣੀ ਹੈ, ਚਾਹੇ ਉਹ ਹੁਣ ਬਣ ਰਹੇ ਨੇ, ਅਤੇ ਉਹ ਬਾਰ ਬਾਰ ਇੱਕੋ ਗੱਲ ਕਹਿੰਦੇ ਨੇ ਕਿ ਮੈਨੂੰ ਸਿਰਫ ਪਰੇਸ਼ਾਨ ਕੀਤਾ ਜਾ ਰਿਹਾ ਹੈਗਾ। ਪਰ ਬਹੁਤ ਜ਼ਿਆਦਾ ਅੱਜ ਦੇ ਤੁਸੀਂ ਦੇਖੋਗੇ ਜੋ ਉਹਨਾਂ ਨੇ ਸੰਬੋਧਨ ਕੀਤਾ ਆਪਣੇ ਵਰਕਰਾਂ ਨੂੰ, ਉਹਦੇ ਵਿੱਚ ਕਾਫੀ ਤਿੱਖੇ ਉਹਨਾਂ ਨੇ ਜਿਹੜੇ ਲਹਿਜੇ ਨੇ ਉਹ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਵਾਸਤੇ ਵਰਤੇ ਨੇ, ਅਤੇ ਇਹ ਗੱਲ ਸਾਫ਼ ਹੈਗੀ ਹੈ। ਇਹ ਵੀ ਕਿਹਾ ਕਿ ਮੈਂ ਅੰਦਰ ਜਾ ਰਿਹਾ, ਜੇ ਬਾਹਰ ਆ ਗਿਆ ਤਾਂ ਅਗਲੇ ਨਹੀਂ ਆਇਆ। ਹਮੇਸ਼ਾ ਇਹ ਰਹਿੰਦੇ ਆ ਕਿ ਹਮੇਸ਼ਾ ਹੀ ਵਿਕਰਮ ਮਜੀਠੀਆ ਆਲਰੇਡੀ ਪਹਿਲਾਂ ਤੋਂ ਪ੍ਰਪੇਅਰ ਹੋ ਕੇ ਆਉਂਦੇ ਨੇ, ਅਤੇ ਅੱਜ ਵੀ ਉਹਨਾਂ ਨੇ ਮੁੜ ਤੋਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਜੇ ਤਾਂ ਰੱਖ ਲਿਆ ਤਾਂ ਗੱਲ ਹੋਰ ਹੈ, ਨਹੀਂ ਫਿਰ ਆ ਕੇ ਸੰਬੋਧਨ ਜ਼ਰੂਰ ਕਰੂੰਗਾ। ਜੀ ਬਿਲਕੁਲ ਬਿਲਕੁਲ, ਦੇਖੋ ਇਹ ਤੁਹਾਨੂੰ ਪਤਾ ਕਿ ਜੇ ਭਗਵੰਤ ਸਿਆ ਤੈਨੂੰ ਮੈਂ ਪਿਛਲੀ ਵਾਰੀ ਵੀ ਕਹਿ ਕੇ ਗਿਆ ਸੀ, ਅੱਜ ਫੇਰ ਕਹਿ ਕੇ ਚੱਲਿਆ, ਪਿਛਲੀ ਸਰਕਾਰ ਨੇ ਵੀ ਮੇਰੇ ਤੇ ਝੂਠਾ ਪਰਚਾ ਦਿੱਤਾ ਸੀ ਔਰ ਹਾਈ ਕੋਰਟ ਦੀ ਉਹ ਤੋਂ ਬਾਅਦ 27 ਸਫਿਆਂ ਦੀ ਟਿੱਪਣੀ ਆਈ। ਅੱਜ ਫੇਰ ਕਹਿਣਾ ਕਿ ਮੌਜੂਦਾ ਸਰਕਾਰ ਨੂੰ ਵੀ ਮੇਰੇ ਤੇ ਨਵਾਂ ਝੂਠਾ ਪਰਚਾ ਕਰਨਾ ਪੈਣਾ, ਨਹੀਂ ਤਾਂ ਮੈਨੂੰ ਅੰਦਰ ਨਹੀਂ ਇਹ ਦੇ ਸਕਣਗੇ। ਅੱਜ 5ਵੀਂ ਸਿੱਟ ਅੱਗੇ ਮੈਂ ਪੇਸ਼ ਹੋ ਗਿਆ, ਮਤਲਬ ਕਿ 4 ਸਿੱਟਾਂ ਨੇ ਜਵਾਬ ਦਿੱਤਾ ਇਹਨੂੰ ਸਰਕਾਰ ਨੂੰ ਕਿ ਇਹ ਤੇ ਪਰਚਾ ਨਹੀਂ ਬਣਦਾ, ਇਹ ਗਲਤ ਕੰਮ ਹੈ। ਹੁਣ ਵੇਖੋ ਨਵੀਂ ਸਿੱਟ ਬਣ ਗਈ, ਅਫਸਰ ਵੀ ਜੂਨੀਅਰ ਹੁੰਦੇ ਜਾਂਦੇ, ਹੁਣ ਸੀਨੀਓਰਟੀ ਤੇ ਨਹੀਂ, ਪਹਿਲਾਂ ਅਫਸਰ ਸੀਨੀਅਰ ਸੀ। ਹੁਣ ਵੇਖੋ ਨਵੀਂ ਸਿੱਟ ਕਾਨੂੰਨ ਦੇ ਹਿਸਾਬ ਨਾਲ ਚੱਲੂ ਜਾਂ ਭਗਵੰਤ ਮਾਨ ਨੂੰ ਖੁਸ਼ ਕਰਨ ਤੇ ਲੱਗੂ, ਆਪਦੀ ਪੋਸਟਿੰਗ ਦਾ ਫਿਕਰ ਰੱਖੂ, ਮੈਨੂੰ ਫਿਕਰ ਕੋਈ ਨਹੀਂ। ਮਗਰ ਮੇਰਾ
ਤੇ ਅਰਵਿੰਦ ਕੇਜਰੀਵਾਲ ਦਾ ਫਰਕ ਵੇਖ ਲਓ। ਜਦ ਉਹਨੂੰ ਸੱਦਦੀ ਆ ਪੁਲਿਸ ਜਾਂ ED ਤੇ ਭਗਵੰਤ ਮਾਨ ਜੀ ਉਹਨੂੰ ਲੈ ਕੇ ਰਫੂ ਚੱਕਰ ਹੋ ਜਾਂਦੇ। ਚਾਰ ਵਾਰੀ ਸੱਦ ਲਿਆ ਭਗਵੰਤ ਆਪਣੇ ਨੂੰ, ਕੇਜਰੀਵਾਲ ਨੂੰ, ਮੇਰੇ ਯਾਰ ਨੂੰ, ਉਹ ਤਾਂ ਜਾਂਦਾ ਨਹੀਂ। ਮੈਨੂੰ 7 ਵਾਰੀ ਸੱਦਿਆ, ਕੱਲਾ ਸ਼ਹੀਦੀ ਦਿਹਾੜੇ ਤੇ ਨਹੀਂ ਮੈਂ ਆਇਆ, ਕਿਉਂਕਿ ਮੈਂ ਪਹਿਲਾਂ ਕਿਹਾ ਸੀ ਕਿ ਮੈਂ ਨਹੀਂ ਆ ਸਕਦਾ ਹੁਣ। ਬਾਕੀ ਜਿੰਨੀ ਵਾਰੀ ਮੈਂ ਸੱਦਿਆ ਮੈਂ ਆਈ ਵਾਰੀ ਪੇਸ਼ ਹੋਈ। ਕਾਂਗਰਸੀ ਜਿਹੜੀ ਆਪੋਜੀਸ਼ਨ ਪਾਰਟੀ 'ਚ ਬੈਠੀ ਸੀ, ਅੱਜ ਮੈਂ ਸਮਝਦਾ ਇਹ ਵੀ ਨੈਤਿਕ ਆਧਾਰ ਖੋ ਬੈਠੀ ਹੈ। ਤੇ ਮੈਂ ਇਹਨੂੰ ਪੁੱਛਣਾ ਚਾਹੁੰਦਾ ਭਗਵੰਤ ਮਾਨ ਨੂੰ, ਭਾਈ ਹੁਣ ਤੂੰ ਵੀ ਵਾਸ਼ਿੰਗ ਮਸ਼ੀਨ 'ਚੋਂ ਕੱਢ ਦੇਗਾ ਧਰਮਸੋਤ ਨੂੰ, ਖਹਿਰਾ ਸਾਹਿਬ ਨੂੰ, ਕਿੱਕੀ ਢਿੱਲੋਂ ਨੂੰ, ਆਸ਼ੂ ਨੂੰ, ਬੜੀ ਲੰਮੀ ਲਿਸਟ ਹੈ ਕਾਂਗਰਸੀਆਂ ਦੀ, ਗਿਲਜੀਆਂ ਨੂੰ। ਹੁਣ ਮੈਨੂੰ ਲੱਗਦਾ ਆਪ ਦੀ ਵਾਸ਼ਿੰਗ ਮਸ਼ੀਨ 'ਚੋਂ ਨਿਕਲ ਕੇ ਹੁਣ ਐਨ ਦੁੱਧ ਧੋਤੇ ਹੋ ਕੇ ਅਲਾਇੰਸ ਪਾਰਟਨਰ ਆਪ ਅਤੇ ਕਾਂਗਰਸ, ਹੁਣ ਚੋਰ ਅਤੇ ਪੁਲਿਸ ਇਕੱਠੀ ਹੋ ਗਈ। ਅਤੇ ਵਧਾਈ ਆ ਭਾਈ ਇਹਨਾਂ ਨੂੰ।